ਨਾਮਜ਼ਦਗੀ ਫਾਰਮ ਭਰਨ ਆਏ ਹਾਂ ਰੋਪੜ ਵਿਖੇ। ਪਾਰਟੀ ਦੇ ਅਣਥਕ ਗੋਤੇ ਨਿਸਵਾਰਥ ਭਾਵਨਾ ਨਾਲ ਜਿਹੜਾ ਪੰਜਾਬ ਲਈ ਭਗਵੰਤ ਮਾਨ ਜੀ ਦੀ ਅਗਵਾਈ 'ਚ ਕੰਮ ਕਰ ਰਹੇ ਹੋ, ਹਜ਼ਾਰਾਂ ਦੀ ਤਾਦਾਦ ਵਿੱਚ ਸਾਰੀ ਇਕੱਠੀ ਆ। ਲੜਾਈ ਅਸੀਂ ਪਹਿਲੇ ਦਿਨ ਤੋਂ ਅਸਲੀ ਮੰਨਦੇ ਹਾਂ, ਲੜਾਈ ਸਾਡੀ ਆ ਪੰਜਾਬ ਦੀ ਨੌਜਵਾਨੀ ਨੂੰ ਬਿਹਤਰ ਭਵਿੱਖ ਬਣਾਉਣ ਦੀ, ਲੜਾਈ ਸਾਡੀ ਆ ਨੌਜਵਾਨਾਂ ਨੂੰ ਕਿਸਾਨਾਂ ਨੂੰ ਬਿਹਤਰ ਜ਼ਿੰਦਗੀ ਦੇਣ ਦੀ। ਮਾਤਾ ਰਾਣੀ ਦਾ ਉੱਟ ਆਸਰਾ ਲੈ ਕੇ ਔਰ ਹੁਣ ਅਸੀਂ ਸਾਰੇ ਸਾਥੀਆਂ ਨਾਲ ਨਾਮਜ਼ਦਗੀ ਫਾਰਮ ਭਰਨ ਆਏ ਹਾਂ ਰੋਪੜ ਵਿਖੇ। ਸਾਰੇ ਸਤਿਕਾਰਯੋਗ ਸਾਡੇ MLA ਸਾਹਿਬਾਨ, ਹਲਕਾ ਇੰਚਾਰਜ ਸਾਹਿਬਾਨ ਔਰ ਪਾਰਟੀ ਦੇ ਅਣਥਕ ਗੋਤੇ ਨਿਸਵਾਰਥ ਭਾਵਨਾ ਨਾਲ ਜਿਹੜਾ ਪੰਜਾਬ ਲਈ ਭਗਵੰਤ ਮਾਨ ਜੀ ਦੀ ਅਗਵਾਈ 'ਚ ਕੰਮ ਕਰ ਰਹੇ ਹੋ, ਹਜ਼ਾਰਾਂ ਦੀ ਤਾਦਾਦ 'ਚ ਵੇਖੋ ਸਾਰੇ ਇਕੱਠੇ ਆ ਔਰ ਇਹਨਾਂ ਦਾ ਆਸ਼ੀਰਵਾਦ, ਪ੍ਰੇਰਣਾ, ਇਹਨਾਂ ਦੀ ਤਾਕਤ ਜਿਹੜੀ ਆ, ਇਹਨਾਂ ਦਾ ਜਿਹੜਾ ਜਜ਼ਬਾ ਆ ਉਹ ਸਾਨੂੰ ਤਾਕਤ ਦਿੰਦਾ ਆਪਣੇ ਕੰਮ ਨੂੰ। ਕੰਗ ਸਰ, ਇਹ ਸਮਝੀਏ ਕਿ ਅੱਜ ਤੋਂ ਜਿਹੜਾ ਅਸਲੀ ਯੁੱਧ ਜ਼ਮੀਨੀ ਸਤਰ ਤੇ ਸ਼ੁਰੂ ਹੋ ਗਿਆ, ਹਾਲਾਂਕਿ ਕਾਫੀ ਸਮੇਂ ਤੋਂ ਤੁਸੀਂ ਗਰਾਊਂਡ ਤੇ ਲੱਗੇ ਹੋ, ਪਰ ਅੱਜ ਤੋਂ ਅਸਲੀ ਲੜਾਈ ਸ਼ੁਰੂ ਹੋ ਗਈ? ਇਹ ਲੜਾਈ ਅਸੀਂ ਪਹਿਲੇ ਦਿਨ ਤੋਂ ਅਸਲੀ ਮੰਨਦੇ ਹਾਂ, ਲੜਾਈ ਸਾਡੀ ਆ ਪੰਜਾਬ ਦੀ ਨੌਜਵਾਨੀ ਨੂੰ ਬਿਹਤਰ ਭਵਿੱਖ ਬਣਾਉਣ ਦੀ, ਲੜਾਈ ਸਾਡੀ ਆ ਨੌਜਵਾਨਾਂ ਨੂੰ ਕਿਸਾਨਾਂ ਨੂੰ ਬਿਹਤਰ ਜ਼ਿੰਦਗੀ ਦੇਣ ਦੀ। ਕਿਸ ਨਾਲ ਟੱਕਰ ਸਮਝ ਰਹੇ ਹੋ? ਵਿਜੇਂਦਰ ਸਿੰਗਲਾ, ਚੰਦੂ ਮਾਇਆ, ਜਗਮੋਹਨ ਸਿੰਘ, ਅਜੇ ਟੱਕਰ ਸਾਡੀ ਕਿਸੇ ਨਾਲ ਵੀ 13-13 ਆਮ ਆਦਮੀ ਪਾਰਟੀ ਝੋਲੀ ਚੋਣ ਲੱਗ ਲੋਕ ਤਾਂ ਕਹਿੰਦੇ 13 ਦੀ 13 ਸਿੱਖ ਆਮ ਆਦਮੀ ਪਾਰਟੀ ਦੀ ਝੋਲੀ ਪਵਾ ਕੇ ਲੋਕ ਸਭਾ ਪਹੁੰਚਾਂਗੇ, ਕਹਿੰਦਾ ਪ੍ਰਸ਼ਨ ਦਵਿੰਦਰ ਦੇ ਨਾਲ ਆਸ਼ੂ ਨੇਜਾ, ਲਿਵਿੰਗ ਇੰਡੀਆ ਨਿਊਜ਼ ਰੋਪੜ।